ਦੀਪਕ ਜੀ, ਜਦੋਂ ਚੋਣਾਂ ਤੋਂ ਪਹਿਲਾਂ ਜਦੋਂ ਭਾਰਤ ਇੱਥੇ ਆਪਣੇ ਪੰਜਾਬ ਵਾਲੇ ਪਾਸੇ ਵੋਟਾਂ ਦਾ ਗੇੜ ਹਜੇ ਚੱਲਣਾ ਸੀ, ਡਿਊਰਿੰਗ ਦੀ ਇਲੈਕਸ਼ਨ, ਤੁਸੀਂ ਇਹ ਗੱਲ ਸਾਂਝੀ ਕੀਤੀ ਸੀ ਵੀ RSS ਹੁਣ BJP ਤੋਂ ਵਿਮੁੱਖ ਹੋ ਗਈ ਆ। RSS ਦਾ ਜਿਹੜਾ ਆਪਣਾ ਉਹ ਫਾਸਲਾ ਉਹਨਾਂ ਨੇ ਵਧਾ ਲਿਆ ਹੋਇਆ ਸੀ, ਕਿਉਂਕਿ ਹੁਣ ਵੀ ਮੋਦੀ ਪ੍ਰਧਾਨ ਬਣਾ ਦਿੱਤਾ ਗਿਆ ਭਾਜਪਾ ਨੂੰ, ਅਤੇ RSS ਦਾ ਏਜੰਡਾ ਹੈ ਜਿਹੜਾ ਉਸ ਨੂੰ ਉਸ ਹਿਸਾਬ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਸੋ ਉਸ ਚੀਜ਼ ਤੋਂ RSS ਵਾਲੇ ਨਾ ਖੁਸ਼ ਸੀਗੇ। ਹੁਣ ਜਿਹੜੇ RSS ਦੇ ਮੁਖੀ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਨੂੰ ਬੜੀਆਂ ਖਰੀਆਂ ਖਰੀਆਂ ਸੁਣਾਈਆਂ ਨੇ, ਕੀ ਆਖ ਰਹੇ ਨੇ ਜੀ? ਬਿਲਕੁਲ ਵਿਜੇ ਜੀ, ਤੁਸੀਂ ਦਰੁਸਤ ਫਰਮਾਇਆ ਕਿ ਮੇਰੇ ਅੱਜ ਵੀ ਧਿਆਨ 'ਚ ਹੈ ਕਿ ਸੱਤ ਗੇੜ ਦੀਆਂ ਵੋਟਾਂ ਦੇ ਵਿਚਾਲੇ ਜਦੋਂ ਚੌਥੇ ਗੇੜ ਦੀ ਵੋਟ ਪੈ ਗਈ ਸੀ ਜੀ, ਤਾਂ ਚੌਥੇ ਗੇੜ ਦੀਆਂ ਵੋਟਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ JP ਨੱਡਾ ਹੋਰਾਂ ਦਾ ਇੱਕ ਬਿਆਨ ਆਉਂਦਾ। ਉਹ ਬਿਆਨ 'ਚ ਉਹ ਕਹਿੰਦੇ ਨੇ ਕਿ ਸ਼ੁਰੂ ਦੇ ਵਿੱਚ ਅਸੀਂ ਸਮਰੱਥ ਨਹੀਂ ਸੀਗੇ, ਭਾਜਪਾ ਦੀ ਕਹਿੰਦੇ ਨੇ ਉਹ ਕਿ ਸ਼ੁਰੂ ਦੇ ਵਿੱਚ ਅਸੀਂ ਸਮਰੱਥ ਨਹੀਂ ਸੀਗੇ ਤਾਂ ਸਾਨੂੰ RSS ਦੀ ਜ਼ਰੂਰਤ ਪੈਂਦੀ ਸੀ ਜੀ, ਪਰ ਹੁਣ ਅਸੀਂ ਇੰਨੇ ਸਮਰੱਥ ਹੋ ਗਏ ਹਾਂ, ਅੱਜ BJP ਖੁਦ ਆਪਣੇ ਆਪ ਨੂੰ ਚਲਾ ਸਕਦੀ ਹੈ। ਸੋ ਇਹ ਬਿਆਨ ਆਪਣੇ ਆਪ ਸੰਕੇਤ ਕਰਦਾ ਸੀਗਾ ਕਿ ਇਹਦਾ ਮਤਲਬ ਭਾਜਪਾ ਤੇ RSS ਵਿਚਾਲੇ ਸਭ ਕੁਝ ਠੀਕ ਨਹੀਂ ਹੈ, ਜਿਸ ਨੂੰ ਲੈ ਕੇ ਆਪਾਂ ਕਈ ਵਾਰ ਚਰਚਾਵਾਂ ਕੀਤੀਆਂ। ਤੇ ਹੁਣ ਉਸੇ ਮਤਲਬ ਕਿ RSS ਦੇ ਮੁਖੀ ਸਪਸ਼ਟ ਲਫ਼ਜ਼ਾਂ ਚ ਕਹਿੰਦੇ ਨੇ ਕਿ ਐਕਤੀ ਚੋਣਾਂ ਨਹੀਂ ਲੜੀਆਂ ਗਈਆਂ, ਇਹ ਮੁਕਾਬਲਾ ਨਹੀਂ ਸੀ, ਇਹ ਯੁੱਧ ਸੀ, ਯੁੱਧ ਵਾਂਗ ਲੜੀਆਂ ਗਈਆਂ, ਕਹਿੰਦੇ ਇਹ ਸਹੀ ਵਰਤਾਰਾ ਨਹੀਂ ਹੈ ਜੀ। RSS ਦੇ ਮੁਖੀ ਮੋਹਨ ਭਾਗਵਤ ਹੋਰਾਂ ਨੇ ਲੰਘੇ ਕੱਲ ਇੱਕ ਸਮਾਗਮ ਸੀ ਨਾਗਪੁਰ ਦੇ ਵਿੱਚ, ਉਸ ਸਮਾਗਮ ਦੇ ਜਦੋਂ ਸੰਪਨ ਵੱਲ ਵਧ ਰਿਹਾ ਸੀ ਤਦ ਉਹਨਾਂ ਨੇ ਸੰਬੋਧਨ ਕੀਤਾ, ਸਮੁੱਚੇ ਜਿਹੜੇ ਉਹਨਾਂ ਦੇ RSS ਦੇ ਮੈਂਬਰ ਨੇ ਜਾਂ ਜਿੰਨੇ ਉੱਥੇ ਵਰਕਰ ਨੇ ਸਾਰਿਆਂ ਨੂੰ। ਸੋ ਉਹਦੇ ਵਿੱਚ ਉਹਨਾਂ ਨੇ ਅਚੇਚੇ ਤੌਰ ਤੇ ਗੱਲ ਕੀਤੀ ਮੋਹਨ ਭਾਗਵਤ ਨੇ ਕਿ ਚੋਣਾਂ ਨੂੰ ਲੈ ਕੇ, ਰਾਜਨੀਤੀ ਨੂੰ ਲੈ ਕੇ ਤੇ ਰਾਜਨੀਤਿਕ ਦਲਾਂ ਨੂੰ ਲੈ ਕੇ, ਉਹਨਾਂ ਦੇ ਰਵੱਈਏ ਨੂੰ ਲੈ ਕੇ। ਸੋ ਉਹਨਾਂ ਨੇ ਜਿਹੜੀਆਂ ਨਸੀਹਤਾਂ ਦਿੱਤੀਆਂ, ਸਿੱਠਣੀਆਂ ਦਿੱਤੀਆਂ, ਉਹ ਭਾਜਪਾ ਲਈ ਵੀ ਸੀ, ਵਿਰੋਧੀ ਦਲਾਂ ਲਈ ਵੀ ਸੀ ਜੀ। ਇੱਕ ਪਾਸੇ ਉਹ ਰਾਖਵੇਂਕਰਨ ਦੇ ਹਵਾਲੇ ਨਾਲ ਵੀ ਕਹਿੰਦੇ ਨੇ ਕਿ ਇਸ ਵਾਰ ਚੋਣਾਂ 'ਚ ਰਾਖਵੇਂਕਰਨ ਨੂੰ ਲੈ ਕੇ ਕਈ ਧਿਰਾਂ ਨੇ ਮਤਲਬ ਝੂਠ ਫੈਲਾਇਆ ਹੈ ਨਾ, ਸੋ ਬੇਮਤਲਬ ਦਾ ਮੁੱਦਾ ਖੜਾ ਕੀਤਾ। ਪਰ ਦੂਏ ਪਾਸੇ ਉਹ ਸਪਸ਼ਟ ਕਹਿੰਦੇ ਨੇ ਕਿ ਕੰਮ ਕਰੋ, ਹੰਕਾਰ ਨਾ ਪਾਲੋ, ਤੇ ਜੇ ਤੁਸੀਂ ਕੰਮ ਕਰਕੇ ਹੰਕਾਰ ਪਾਲਦੇ ਹੋ ਫਿਰ ਇਹਦਾ ਮਤਲਬ ਤੁਸੀਂ ਸੱਚੇ ਸੇਵਕ ਨਹੀਂ ਹੋ। ਸੋ ਇਹ ਸੇਵਕ ਵਾਲਾ ਸਭ ਨੂੰ ਸਮਝ ਆਉਂਦਾ ਕਿ ਕਿਹਨੂੰ ਕਹੀਏ ਗੱਲ ਜੀ, ਮੈਂ ਸੇਵਾਦਾਰ, ਮੈਂ ਚੌਕੀਦਾਰ, ਹੈ ਨਾ। ਸੋ ਇਸ ਲਈ ਉਹ ਹਵਾਲੇ ਨਾਲ ਤੁਸੀਂ ਬੜੇ 8-9 ਪੁਆਇੰਟ ਨੇ, ਪਰ ਮੈਂ ਜਿਵੇਂ ਸੰਖੇਪ ਨਾਲ ਗੱਲ ਕਰਾਂ ਤਾਂ ਮੈਂ ਉਹ ਕਹਿੰਦੇ ਕਿ ਜਿਹੜੇ ਆਪਣੇ ਮਤਲਬ ਕਿ ਮਰਿਆਦਾ 'ਚ ਰਹਿ ਕੇ ਆਪਣਾ ਫਰਜ਼ ਨਹੀਂ ਨਿਭਾਉਂਦੇ ਜੀ, ਹੈ ਨਾ, ਉਹ ਫਿਰ ਕਹਿੰਦੇ ਸੱਚੇ ਸੇਵਕ ਨਹੀਂ ਕਹਾਉਂਦੇ। ਤੁਸੀਂ ਆਪਣਾ ਮਰਿਆਦਾ 'ਚ ਰਹਿ ਕੇ ਕੰਮ ਕਰੋ ਤੇ ਆਪਣੇ ਆਪ 'ਤੇ ਮਾਣ ਵੀ ਕਰੋ, ਪਰ ਜੇ ਉਹ ਮਾਣ ਹੰਕਾਰ 'ਚ ਬਦਲ ਜਾਵੇ ਜੀ ਫਿਰ ਕਹਿੰਦੇ ਕਿ ਤੁਹਾਡਾ ਕਾਰਜ ਸਹੀ ਨਹੀਂ ਗਾ। ਇੱਥੇ ਹੀ ਰੁਕੇ, ਉਹਨਾਂ ਨੇ ਚੋਣਾਂ ਦੇ ਹਵਾਲੇ ਨੂੰ ਲੈ ਕੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਮੋਹਨ ਭਾਗਵਤ ਹੋਰਾਂ ਨੇ, ਉਹ ਕਹਿੰਦੇ ਕਿ ਚੋਣਾਂ 'ਚ ਮੁਕਾਬਲਾ ਹੋਣਾ ਜ਼ਰੂਰੀ ਹੈ ਜੀ, ਤੇ ਇਸ ਦੌਰਾਨ ਇੱਕ ਦੂਜੀ ਧਿਰ ਨੂੰ ਪਿੱਛਾ ਵੀ ਧੱਕਿਆ ਜਾਂਦਾ ਹੈ ਤੇ ਉਹ ਧੱਕਿਆ ਜਾਣਾ ਚਾਹੀਦਾ, ਪਰ ਉਹਦੀ ਕੋਈ ਹੱਦ ਬੰਨਾ ਤਾਂ ਹੋਣਾ ਚਾਹੀਦਾ। ਉਹ ਕਹਿੰਦੇ ਜੀ ਕਿ ਕੋਈ ਹੱਦ ਤਾਂ ਹੋਵੇ ਕਿਸ ਹੱਦ ਤੱਕ ਪਿੱਛੇ ਧੱਕਣਾ, ਤੇ ਕਹਿੰਦੇ ਇਸ ਮੁਕਾਬਲੇ ਨੂੰ ਜੇ ਤੁਸੀਂ ਝੂਠ ਦੇ ਆਧਾਰ ਤੇ ਲੜਨਾ ਜੀ ਫਿਰ ਉਹ ਮੁਕਾਬਲਾ ਕਾਹਦਾ। ਸੋ ਇਸ ਇੱਥੇ ਤੱਕ ਹੀ ਰੁਕੇ, ਉਹਨਾਂ ਨੇ ਮਣੀਪੁਰ ਦਾ ਚੇਚਾ ਹਵਾਲਾ ਦਿੱਤਾ ਜੀ। ਉਹ ਕਹਿੰਦੇ ਮਣੀਪੁਰ 1 ਸਾਲ ਤੋਂ ਸ਼ਾਂਤੀ ਦਾ ਰਾਹ ਲੱਭ ਰਿਹਾ, ਤੇ ਸ਼ਾਂਤੀ ਦੇਣੀ ਕਿਹਨੇ ਸੀ, ਸਰਕਾਰਾਂ ਨੇ, ਕਿਉਂ ਨੇ ਰੋਲ ਨਿਭਾਇਆ ਜੀ। ਉਹ ਕਹਿੰਦੇ ਕਿ 10 ਸਾਲ ਪਹਿਲਾਂ ਮਤਲਬ 10 ਸਾਲਾਂ ਤੋਂ ਲੰਘੇ 10 ਸਾਲਾਂ ਤੋਂ ਇਹ ਸੂਬਾ ਸ਼ਾਂਤੀ ਪਸੰਦ ਸੂਬਾ ਸੀਗਾ, ਪਰ ਇੱਥੇ ਗਨ ਕਲਚਰ ਕਿਵੇਂ ਵੱਧ ਗਿਆ, ਇੱਥੇ ਹਾਲਾਤ ਕਿਵੇਂ ਬਣ ਗਏ, ਤੋ ਇਹ ਸਮੱਸਿਆ ਨੂੰ ਸਮਝਾਉਣ ਦੇ ਲਈ ਕੀ ਕਿਸੇ ਨੇ ਪਹਿਲਕਦਮੀ ਕੀਤੀ, ਕਹਿੰਦੇ ਇਹ ਸਵਾਲ ਖੜੇ ਸਾਡੇ ਸਿਸਟਮ ਉਰੇ ਜੀ।
ਉਹਨਾਂ ਨੇ ਬੇਸ਼ੱਕ ਸੰਘ ਮੁਖੀ, ਦੇਖੋ ਸੰਘ ਦੀ ਆਪਣੀ ਇੱਕ ਵਿਚਾਰਧਾਰਾ ਹੈ, ਉਹਦੇ ਨਾਲ ਕੁਝ ਲੋਕ ਸਹਿਮਤ ਨੇ ਕੁਝ ਅਸਹਿਮਤ ਨੇ, ਜੀ ਪਰ ਸੰਘ ਦਾ ਹੀ ਇੱਕ ਬਿੰਗ ਹੈ ਭਾਜਪਾ। ਜੀ ਪਰ ਹੁਣ ਭਾਜਪਾ ਆਪਣੇ ਆਪ ਨੂੰ ਹੀ ਸਮਝਣ ਲੱਗ ਗਈ ਕਿ ਸੰਘ ਸਾਡਾ ਜਵਾਕ ਹੈ ਜਿਵੇਂ। ਸੋ ਇੱਥੋਂ ਇਹ ਮਸਲਾ ਇੱਥੋਂ ਖੜਾ ਹੋ ਰਿਹਾ ਨਾ, ਖਾਸ ਕਰਕੇ ਇੱਕ ਟੀਮ ਦੇ ਹਵਾਲੇ ਨਾਲ। ਜੀ ਸੋ ਇਸ ਲਈ ਉਹਨਾਂ ਨੇ ਸਿੱਧੀਆਂ ਗੱਲਾਂ ਗੱਲਾਂ ਚ ਬਿਨਾਂ ਨਾਮ ਲਿਆ ਭਾਜਪਾ ਜੀ ਦੀ ਟੀਮ ਨੂੰ ਸੁਣੌਤੀਆਂ ਸੁਣਾਉਂਦਿਆਂ ਹੋਇਆ ਸਿੱਧਾ ਕਿਹਾ ਕਿ ਸਾਡਾ ਕੰਮ ਨਤੀਜਿਆਂ ਦਾ ਮਤਲਬ ਛਾਣਬੀਣ ਕਰਨਾ ਨਹੀਂ ਹੈ, ਜੀ ਨਤੀਜਿਆਂ ਦੀ ਸਮੀਖਿਆ ਕਰਨਾ ਸਾਡਾ ਕੰਮ ਨਹੀਂ ਹੈ, ਪਰ ਚੋਣ ਮੁਕਾਬਲੇ ਨੂੰ ਝੂਠੇ ਆਧਾਰ ਤੇ ਨਾ ਲੜੋ, ਸੰਸਦ ਚ ਸਹਿਮਤੀ ਬਣਾ ਕੇ ਚੱਲੋ, ਵਿਰੋਧੀ ਧਿਰ ਨੂੰ ਵਿਰੋਧੀ ਨਹੀਂ ਇੱਕ ਨਵਾਂ ਪੱਖ ਰੱਖਣ ਵਾਲੀ ਧਿਰ ਸਮਝੋ। ਜੀ ਉਹ ਕਹਿੰਦੇ ਤੁਸੀਂ ਵਿਰੋਧੀਆਂ ਨੂੰ ਵਿਰੋਧੀ ਮੰਨ ਕੇ ਚੱਲਦੇ ਹੋ, ਜਦੋਂ ਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਉਸੇ ਤਰ੍ਹਾਂ ਉੱਥੇ ਵੀ ਦੂਸਰਾ ਪੱਖ ਹੁੰਦਾ, ਉਹਨੂੰ ਵਿਚਾਰਿਆ ਜਾਣਾ ਚਾਹੀਦਾ, ਤੇ ਵਿਰੋਧੀ ਧਿਰਾਂ ਵੀ ਹਮੇਸ਼ਾ ਵਿਰੋਧ ਨਾ ਕਰਨ, ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ, ਇਸ ਲਈ ਉਹਨੇ ਦੋਵਾਂ ਧਿਰਾਂ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ। ਜੀ ਉਹ ਕਹਿੰਦੇ ਚੋਣਾਂ ਤਾਂ ਏਦਾਂ ਲੜੇ ਇਸ ਵਾਰ ਕਿ ਜਿਵੇਂ ਯੁੱਧ ਹੋਵੇ, ਉਹ ਕਹਿੰਦੇ ਲੱਗੇ ਨੀ ਕਿ ਚੋਣਾਂ ਹੋ ਰਹੀਆਂ। ਜੀ ਚੋਣ ਵਾਲਾ ਕਹਿੰਦੇ ਕੋਈ ਰੰਗ ਢੰਗ ਨਹੀਂ ਸੀਗਾ, ਜੰਗ ਵਾਲਾ ਰੰਗ ਢੰਗ ਸੀਗਾ, ਕਹਿੰਦੇ ਇੱਕ ਦੂਜੇ ਤੇ ਹਮਲੇ, ਤੇ ਉਹ ਫਿਰ ਉਹ ਹਮਲਿਆਂ ਦੇ ਵਿੱਚੋਂ ਕਹਿੰਦੇ ਵੰਡ ਨਿਕਲਦੀ ਹੈ, ਸਮਾਜਿਕ ਦੂਰੀਆਂ ਨਿਕਲਦੀਆਂ, ਮਾਨਸਿਕ ਦਰਾਰਾਂ ਪੈਂਦੀਆਂ। ਜੀ ਸੋ ਇਹ ਸਾਰਾ ਸੰਕੇਤ ਉਹਨਾਂ ਦਾ ਮੈਨੂੰ ਲੱਗਦਾ ਉਹ ਸਾਰੇ ਘਟਨਾਕ੍ਰਮ ਵਾਲੇ ਨਾਲ ਸੀ ਜਿਸ ਪਿੱਚ ਤੇ ਇਸ ਵਾਰ ਚੋਣ ਲੜੀ ਗਈ ਆ। ਜੀ ਹੈ ਨਾ, ਉਹਨਾਂ ਨੇ ਮਤਲਬ ਬੇਸ਼ੱਕ ਇਹ ਵੀ ਕਿਹਾ ਕਿ ਮਰਿਆਦਾ ਦੀ ਮਤਲਬ ਪਾਲਣਾ ਨਹੀਂ ਹੋਈ ਇਸ ਵਾਰ, ਹੈ ਨਾ, ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਚੰਗਾ ਲੱਗਿਆ ਕਿ ਦੇਸ਼ ਆਰਥਿਕ ਤੌਰ ਤੇ ਮਜ਼ਬੂਤੀ ਵੱਲ ਵੱਧ ਰਿਹਾ ਹੈ, ਖੇਡਾਂ ਦੇ ਵਿੱਚ ਜਾਂ ਸੱਭਿਆਚਾਰਕ ਤੌਰ ਤੇ ਅਸੀਂ ਮਜ਼ਬੂਤ ਹੋ ਰਹੇ ਹਾਂ, ਪਰ ਇਹ ਵੀ ਸੱਚ ਹੈ ਉਹ ਕਹਿੰਦੇ ਕਿ ਅਜੇ ਬਹੁਤ ਕੰਮ ਅਧੂਰੇ ਪਏ ਨੇ। ਜੀ ਸੋ ਅਜੇ ਚੁਣੌਤੀਆਂ ਬਹੁਤ ਵੱਡੀਆਂ ਨੇ, ਕਹਿੰਦੇ ਉਹਨਾਂ ਤੇ ਜਿੱਤ ਹਾਸਲ ਨਹੀਂ ਕੀਤੀ। ਸੋ ਤੁਸੀਂ ਕਹਿੰਦੇ ਕਿ ਬਾਹਰਲੇ ਜਿਹੜੇ ਆਏ ਉਹਨਾਂ ਦੇ ਵਿਚਾਰਾਂ ਨੂੰ ਅਪਣਾਈ ਬੈਠੇ, ਉਹ ਤਾਂ ਚਲੇ ਵੀ ਗਏ, ਪਰ ਤੁਸੀਂ ਕਹਿੰਦੇ ਕਿ ਉਹਨਾਂ ਦੀ ਉਹ ਵੰਡ ਪਾਉਣ ਵਾਲੀ ਨੀਤੀ ਵੱਲ ਇਸ਼ਾਰਾ ਸੀ ਉਹਨਾਂ ਦਾ ਕਿ ਹੈ ਨਾ ਵੰਡੋ ਤੇ ਰਾਜ ਕਰੋ, ਕਹਿੰਦੇ ਤੁਸੀਂ ਉਸੇ ਨੂੰ ਅਜੇ ਚੱਕੀ ਫਿਰੀ ਜਾਂਦੇ। ਜੀ ਅਰਸ ਮੁਖੀ ਨੇ ਆਪਣੀ ਗੱਲ ਨਿਬੇੜਦੇ ਹੋਏ ਮਤਲਬ ਪੈਗੰਬਰ ਹੋਰਾਂ ਦਾ ਵੀ ਜ਼ਿਕਰ ਕੀਤਾ ਕਿ ਤੁਹਾਨੂੰ ਉਹਨਾਂ ਦੇ ਸੁਨੇਹੇ ਅਨੁਸਾਰ ਸੋਚਣਾ ਪਊਗਾ, ਉਹਨਾਂ ਨੇ ਈਸਾ ਮਸੀਹ ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਸੁਨੇਹੇ ਅਨੁਸਾਰ ਉਹਨਾਂ ਨੇ ਪਰਮਾਤਮਾ ਦੇ ਹਵਾਲੇ ਨਾਲ ਵੀ ਗੱਲ ਕਹੀ ਕਿ ਸਾਨੂੰ ਉਹਨਾਂ ਦੀਆਂ ਸ਼ਕਤੀਆਂ ਨੂੰ ਉਹਨਾਂ ਦੇ ਸੁਨੇਹਾਂ ਨੂੰ ਸਹਿਜ ਕੇ ਅੱਗੇ ਵਧਣਾ ਹੋਊਗਾ। ਸੋ ਇਸ ਨੂੰ ਕੁੱਲ ਮਿਲਾ ਕੇ ਉਹਨਾਂ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਚਾਹੇ ਵਿਰੋਧੀ ਧਿਰਾ ਚਾਹੇ ਸੱਤਾਧਾਰੀ ਧਿਰਾ, ਉਹ ਦੇਸ਼ ਦੀ ਏਕਤਾ ਅਖੰਡਤਾ ਤੇ ਸਾਂਝੀਵਾਲਤਾ ਲਈ ਜੇ ਕੰਮ ਕਰਦੀ ਹੈ ਤਾਂ ਸਹੀ ਆ, ਨਹੀਂ ਮਤਲਬ ਇਸ ਲਈ ਆਰਐਸਐਸ ਨੇ ਸਿੱਧੇ ਰੂਪ ਦੇ ਵਿੱਚ, ਆਰਐਸਐਸ ਮੁਖੀ ਨੇ ਸਿੱਧੇ ਰੂਪ ਦੇ ਵਿੱਚ ਭਾਜਪਾ ਦੀ ਉਹਦੀ ਟੀਮ ਨੂੰ ਵੀ, ਰਾਹੁਲ ਗਾਂਧੀ ਤੇ ਉਹਦੀ ਟੀਮ ਨੂੰ ਵੀ ਖਾਸੀਆਂ ਚੁਣੌਤੀਆਂ ਸੁਣਾਈਆਂ। ਤੇ ਦੀਪਕ ਜੀ, ਪੰਜਾਬ ਦੇ ਹੁਣ ਜਿਹੜੇ 4 MLA ਨੇ ਅਸਤੀਫਾ ਦੇਣਗੇ, ਆਈ ਥਿੰਕ 4 ਸਾਰੇ ਗੈਸ ਕਰ ਹੀ ਸਕਦੇ ਨੇ, ਕਿਹੜੇ ਕਿਹੜੇ ਹੋਣਗੇ, ਪਰ ਕੀ ਕੀ ਵੇਰਵਾ ਜੀ? ਨਹੀਂ ਬਿਲਕੁਲ ਜੀ, ਗੈਸ ਤਾਂ ਸਹੀ ਹੈ, ਪਰ ਮਸਲਾ ਇੱਥੋਂ ਖੜਾ ਹੋ ਰਿਹਾ, ਕਹਿੰਦੇ ਕਿ 20 ਤਰੀਕ ਤੱਕ ਅਸਤੀਫਾ ਦੇਣਾ। ਅੱਛਾ ਜੀ, ਤੇ ਜੇ 20 ਤੱਕ ਨਹੀਂ ਦਿੰਦੇ ਫਿਰ ਜਿਹੜੀ ਚੋਣ ਜਿੱਤੀ ਹੋਈ ਹੈ ਉਹ ਰੱਦ ਹੋ ਜਾਣੀ ਹੈ ਉਹਨਾਂ ਦੀ, ਉਹ MLA ਹੀ ਰਹਿਣਗੇ। ਜੀ ਜੀ ਜੀ, ਸੋ ਇਹ ਕਾਨੂੰਨੀ ਨੁਕਤਾ ਹੈ, ਉਹ ਕਹਿੰਦੇ ਕਿ ਇਸ ਲਈ ਪੁਰਾਣੀ ਸੀਟ ਬਰਕਰਾਰ ਰਹਿ ਜਾਊਗੀ, ਜੇ ਤੁਸੀਂ ਉੱਥੋਂ ਅਸਤੀਫਾ ਨਹੀਂ ਦਿੰਦੇ ਨਵੀਂ ਤੁਹਾਡੀ ਰੱਦ ਹੋ ਜਾਊਗੀ। ਅਸਲ ਚ ਇਹ ਮਸਲਾ ਮਤਲਬ ਉਸੇ ਦਿਨ ਤੋਂ ਚੱਲੀ ਜਾਂਦਾ ਜਿਸ ਦਿਨ ਤੋਂ ਚੋਣ ਪਿੰਡ ਦੇ ਨਤੀਜੇ ਆਏ ਨੇ, ਤੇ ਉੱਧਰ ਸ਼ੀਤਲ ਅਗਰਵਾਲ ਦਾ ਅਸਤੀਫਾ ਪ੍ਰਵਾਨ ਹੋਇਆ, ਉਹ ਤੋਂ ਬਾਅਦ ਇਹ ਮੁੱਦਾ ਜ਼ਿਆਦਾ ਭਖਿਆ ਕਿ ਜੇ ਉਹਦਾ ਪ੍ਰਵਾਨ ਹੋਇਆ ਤਾਂ ਰਾਜਕੁਮਾਰ ਚੱਬੇਵਾਲ ਦਾ ਕਿਉਂ ਨੀ, ਜਾਂ ਫਿਰ ਆਹ ਜਿਹੜੇ ਦੂਏ ਤਿੰਨ ਨੇ ਇਹਨਾਂ ਤੋਂ ਕਿਉਂ ਨੀ ਲਏ ਅਜੇ ਤੱਕ। ਜੀ ਇਹ ਇੱਕ ਜਿਵੇਂ ਰਾਹੁਲ ਗਾਂਧੀ ਨੂੰ ਵੀ ਇਹ ਹੁਣ ਕਿ ਇੱਕ ਸੀਟ ਤੋਂ ਉਹਨੂੰ ਛੱਡਣਾ ਪੈਣਾ ਹੈ, ਸੋ ਇਸ ਲਈ ਉਹਨੂੰ ਇੱਕ ਸਾਂਝ ਤੋਂ ਹੀ ਰਹਿਣਾ ਪੈਣਾ, ਉਹ ਇੱਕ ਸਮਾਂ ਦਿੰਦੀ ਹੈ। ਇਸੇ ਤਰ੍ਹਾਂ ਚੋਣ ਕਮਿਸ਼ਨ ਨੇ ਅਧਿਕਾਰਕ ਤੌਰ ਤੇ ਸਾਰੇ ਨਤੀਜਿਆਂ ਦਾ ਜਿਹੜਾ ਦਸਤਾਵੇਜ਼ੀ ਮਤਲਬ ਸੀਗਾ ਉਹ 6 ਤਰੀਕ ਨੂੰ ਉਹ ਜਾਰੀ ਕਰਤਾ ਕਾਗਜ਼ ਪੱਤਰ ਸਾਰੇ। ਸੋ ਉਸ ਹਵਾਲੇ ਨਾਲ ਜੇ ਉਹਨਾਂ ਦੇ ਉਸ ਹਵਾਲੇ ਦੇਖਿਆ ਜਾਵੇ ਤਾਂ
ਕਹਿੰਦੇ 20 ਜੂਨ ਤੱਕ ਦਾ ਸਮਾਂ ਬਣਦਾ ਕਿ ਅਸਤੀਫਾ ਦੇਣਾ ਪੈਣਾ। ਸੋ ਇਸ ਲਈ ਹੁਣ ਰਾਜਾ ਬੜਿੰਗ ਹੋਰਾਂ ਨੂੰ ਵੀ ਹੈ, ਤੇ ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਹੋਰਾਂ ਨੂੰ ਵੀ, ਇਸੇ ਤਰ੍ਹਾਂ ਮੀਥੇਅਰ ਹੋਰਾਂ ਨੂੰ ਵੀ, ਰਾਜ ਕੁਮਾਰ ਚੱਬੇਵਾਲ ਹੋਰਾਂ ਦਾ ਤੱਕ ਮੈਨੂੰ ਜਾਣਕਾਰੀ ਹੈ ਕਿ ਉਹਨਾਂ ਨੇ ਤਾਂ ਪਾਰਟੀ ਬਦਲਣ ਲੱਗੇ ਅਸਤੀਫਾ ਆਪਣਾ ਸਪੀਕਰ ਉਹਨਾਂ ਨੂੰ ਭੇਜਤਾ ਸੀ ਪੰਜਾਬ ਵਿਧਾਨ ਸਭਾ ਨੂੰ, ਉਹਨਾਂ ਦਾ ਪ੍ਰਵਾਨ ਹੋਣਾ, ਇਹਨਾਂ ਨੇ ਅਜੇ ਅਸਤੀਫੇ ਦੇਣੇ ਆ ਜੀ। ਪਰ ਅਸਤੀਫੇ ਦੇਣ ਦੇ ਨਾਲ ਨਾਲ 20 ਤਰੀਕ ਤੱਕ ਪ੍ਰਵਾਨ ਹੋਣੇ ਜ਼ਰੂਰੀ ਹੈ, ਤਾਂ ਕਿ ਇਹ ਸਪਸ਼ਟ ਹੋ ਜਾਵੇ ਕਿ ਇਹ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਨੇ, ਇਹਨਾਂ ਦੇ ਨੁਮਾਇੰਦੇ ਹੁਣ ਮੈਂਬਰ ਪਾਰਲੀਮੈਂਟ ਬਣ ਗਏ ਜੀ। ਸੋ ਕਾਨੂੰਨੀ ਤੌਰ ਦੇ ਉੱਤੇ ਇਹ ਚਰਚਾ ਆ ਰਹੀ ਸੀਗੀ ਕਿ ਕਾਨੂੰਨੀ ਤੌਰ ਤੇ ਵੀ ਇਹ ਤੈਅ ਹੈ ਕਿ ਜੇਕਰ ਹੁਣ ਉਹ ਨਹੀਂ ਛੱਡਦੇ ਅਜੇ ਤੱਕ ਵਿਧਾਇਕੀ, ਤਾਂ ਉਹਨਾਂ ਦੀ ਐਮ ਪੀ ਵਾਲੀ ਜਿੱਤੀ ਹੋਈਆਂ ਸੀਟਾਂ ਦੀ ਜਿਹੜੇ ਨਤੀਜੇ ਨੇ ਉਹ ਰੱਦ ਮੰਨੇ ਜਾਣਗੇ 20 ਜੂਨ ਤੋਂ ਬਾਅਦ, ਤੇ ਉਹਨਾਂ ਨੂੰ ਫਿਰ ਐਮ ਐਲ ਏ ਰਹਿਣਾ ਪਊਗਾ। ਹੋ ਸਕਦਾ ਅਜੇ ਵੀ ਕਿਸੇ ਦੇ ਮਨ ਚ ਇਹ ਹੋਵੇ ਕਿ ਐਮ ਐਲ ਏ ਰੱਖ ਲਈਏ, ਹੈ ਨਾ, ਪਰ ਹੁਣ ਜਿੱਤ ਚੁੱਕਿਆ ਤੁਹਾਨੂੰ ਪਤਾ ਹੁੰਦਾ ਦਿੱਲੀ ਜਾਣਾ ਹੀ ਪੈਣਾ। ਸੋ ਇਸ ਲਈ ਹੁਣ ਜਿਮਨੀ ਚੋਣ ਦੀ ਤਾਂ ਤਿਆਰੀ ਹੈਗੀ ਹੋਏਗੀ, ਪਰ ਇਸ ਨੇ ਇੱਕ ਸਵਾਲ ਜ਼ਰੂਰ ਖੜਾ ਕੀਤਾ ਕਿ ਸਥਿਤੀ ਬਣੀ ਹੈ ਜੀ। ਸੋ ਹੁਣ ਦੇਖਦੇ ਹਾਂ ਕਿ ਕੱਲ੍ਹ ਪਰਸੋਂ ਤੱਕ ਆਸ ਹੈ ਕਿ ਅਸਤੀਫੇ ਆ ਜਾਣਗੇ, ਤੇ ਉਸ ਤੋਂ ਬਾਅਦ ਫਿਰ ਸਹੁੰ ਚੁੱਕਣ ਵੀ ਜਾਣਾ ਉਹਨਾਂ ਨੇ ਬਤੌਰ ਸੰਸਦ ਮੈਂਬਰੀ। ਸਾਰੇ ਨਿਊਜ਼ ਉੱਪਰ ਨਜ਼ਰ ਰੱਖੋ। ਛੋਟੇ ਗਰਾਊਂਡ ਵਿੱਚ ਖੇਡਣਾ ਤੇ ਵੱਡੇ ਗਰਾਊਂਡ ਵਿੱਚ ਜਾ ਕੇ ਬੈਂਚ ਤੇ ਬੈਠੇ ਰਹਿਣਾ, ਇਹਦੇ 'ਚ ਬਹੁਤ ਫਰਕ ਹੈ ਜੀ। ਜਿਹੜਾ ਖੇਡ ਰਿਹਾ ਹੁੰਦਾ ਉਹਦੀ ਪ੍ਰੈਕਟਿਸ ਹੁੰਦੀ ਰਹਿੰਦੀ ਆ, ਆਈ ਥਿੰਕ ਉਹੀ ਇਹ ਉਹ ਮਾਮਲਾ ਬਣਿਆ ਹੋਇਆ। ਨਹੀਂ ਬਿਲਕੁਲ ਨਹੀਂ, ਕਈ ਵਾਰ ਵੱਡੇ ਮੈਦਾਨ ਦੇ ਵਿੱਚ ਜਾ ਕੇ ਫਾਇਦਾ ਵੀ ਹੁੰਦਾ ਜੀ, ਚਾਹੇ ਬਾਹਰੋਂ ਬੈਠ ਕੇ ਤੁਸੀਂ ਬਾਲ ਦੇਖ ਰਹੇ ਹੋਵੋ, ਹੈ ਨਾ, ਜਾਂ ਕੋਈ ਕੋਈ ਬਾਲ ਤੁਹਾਡੇ ਕੰਨੀ ਆ ਜਾਵੇ, ਤੇ ਭਗਵੰਤ ਮਾਨ ਉਹਦੀ ਬਹੁਤ ਵੱਡੀ ਉਦਾਹਰਨ ਹੈ ਜੀ। ਜੀ ਬਿਲਕੁਲ, ਹਾਂਜੀ ਬਿਲਕੁਲ, ਭਗਵੰਤ ਮਾਨ ਉਸੇ ਗਰਾਊਂਡ 'ਚ ਹੋਇਆ ਜੀ 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 ਬਿਲਕੁਲ, ਪੰਜਾਬ ਦਾ ਮੁੱਖ ਮੰਤਰੀ ਹੈ ਬਿਲਕੁਲ। ਹਾਂ ਇਹ ਬੇਸ਼ੱਕ ਹੋਣਾ ਕਿ ਹੁਣ ਚਾਹੇ ਲੱਪੇ ਲਾਈ ਜਾਵੇ, ਅਗਲਾ ਵੱਖਰੀ ਗੱਲ ਹੈ। ਪਰ ਸਿੱਖ ਕੇ ਉਸੇ ਗਰਾਊਂਡ 'ਚ ਹੋਇਆ ਜੀ। ਅੱਛਾ ਦੀਪਕ ਜੀ, ਹੁਣ ਜਿਹੜੀ ਜਲੰਧਰ ਪੱਛਮੀ ਦੇ ਵਿੱਚ ਚੋਣ ਹੋਣੀ ਆ, ਉੱਥੇ ਆਮ ਆਦਮੀ ਪਾਰਟੀ ਨੇ ਆਪਣੀ ਗੁਆਚੀ ਹੋਈ ਸਾਖ ਉਹਨੂੰ ਦੁਬਾਰਾ ਤੋਂ ਲੱਭਣ ਦੀ ਕੋਸ਼ਿਸ਼ ਕਰਨੀ ਆ, ਤੇ ਕੀ ਕੁਝ ਚੱਲ ਰਿਹਾ ਜਲੰਧਰ ਦੇ ਵਿੱਚ? ਦੇਖੋ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ 10 ਜੁਲਾਈ ਨੂੰ ਚੋਣ ਆ ਗਈ ਆ, ਤੇ ਲਗਭਗ ਮਹੀਨਾ ਹੀ ਰਹਿ ਗਿਆ। ਸੋ 21 ਤਰੀਕ ਤੱਕ ਨਾਮਜ਼ਦਗੀਆਂ ਦੀ ਕਾਰਵਾਈ ਆ, ਸਾਰਾ ਕੁਛ ਚੱਲਣੀ ਆ। ਸੋ ਪਰ ਕੱਲੀ ਆਮ ਆਦਮੀ ਪਾਰਟੀ ਕੀ, ਸਾਰੀਆਂ ਧਿਰਾਂ ਲਈ ਇਹ ਚੋਣ ਇੱਕ ਫਿਰ ਪ੍ਰੀਖਿਆ ਦੀ ਘੜੀ ਆ, ਕਿਉਂਕਿ ਜੇ ਤਾਂ ਇਕੱਠੀਆਂ ਆ ਜਾਂਦੀਆਂ ਚਾਰੇ ਜਿਮਨੀ ਚੋਣ, ਆਪਾਂ ਮਤਲਬ ਚਾਰ ਜਿਹੜੀਆਂ ਰਹਿ ਗਈਆਂ ਉਹ ਵੀ ਨਾਲ, ਜਿਹਨਾਂ ਦੀ ਆਪਾਂ ਸੀ ਪੈਣ ਦੀ ਗੱਲ ਕਰ ਰਹੇ, ਫਿਰ ਤਾਂ 5 ਇਕੱਠੀਆਂ ਹੋ ਜਾਣੀ ਸੀ, ਇੱਕੋ ਗੇੜ ਚ ਲੰਘ ਜਾਣੀ ਸੀ। ਹੁਣ ਆਹ ਨਤੀਜੇ ਉਹ 3-4 ਤੇ ਫਿਰ ਰੌਲਾ ਪਾਉਣਗੇ ਜੀ। ਸੋ ਇਸ ਲਈ ਇਹਦੇ ਨਤੀਜੇ ਪਹਿਲਾਂ ਆਉਣੇ, ਉਹ ਚੋਣਾਂ ਬਾਅਦ ਚ ਹੋਣੀਆਂ, ਤੇ ਉਹਦੇ ਵਿਚਾਲੇ ਜੇ ਸਰਪੰਚੀ ਦੀਆਂ ਚੋਣਾਂ, ਨਗਰ ਨਿਗਮ ਦੀਆਂ ਚੋਣਾਂ ਪਈਆਂ ਨੇ ਜੀ। ਸੋ ਆਮ ਆਦਮੀ ਪਾਰਟੀ ਬੇਸ਼ੱਕ ਭਗਵੰਤ ਮਾਨ ਹੋਰੀ ਆਪਣੀ ਪਿੱਠ ਥਾਪੜੀ ਜਾਂਦੇ ਨੇ ਕਿ ਦੇਖੋ 7% ਤੇ ਸੀਟ ਮੇਰੀ ਇਕੱਲੀ ਸੀ, ਹੁਣ 26% ਤੇ ਸੀਟਾਂ 3 ਨੇ ਸਾਡੀ, ਤਾਂ ਫਿਰ ਅਸੀਂ ਤਾਂ ਅੱਗੇ ਵਧ ਗਏ। ਮਤਲਬ ਭੁੱਲ ਜਾਂਦੇ ਨੇ ਕਿ ਭਾਈ ਵਿਚਾਲੇ 42% ਵੋਟਾਂ ਵੀ ਲਈਆਂ ਤੇ 92 MLA ਵੀ ਨੇ ਤੁਹਾਡੇ, 92 ਹਿਸਾਬ ਨਾਲ 10 MP ਬਣਦੇ ਨੇ ਘੱਟੋ ਜੀ। ਸੋ ਇਸ ਲਈ ਉਸ ਹਵਾਲੇ ਨਾਲ ਸਭ ਨੂੰ ਸਮਝ ਆਉਂਦੀ ਹੈ ਕਿ 2 ਸਾਲ ਦੀ ਕਾਰਗੁਜ਼ਾਰੀ ਤੋਂ ਬਾਅਦ ਸਭ ਤੋਂ ਵੱਧ ਜੇਕਰ ਸਾਖ ਕਿਸੇ ਦੀ ਦਾਅ ਤੇ ਲੱਗੀ ਆ, ਤਾਂ ਉਹ ਸੱਤਾਧਾਰੀ ਧਰਤੀ ਉਹ ਲੱਗੀ ਆ। ਜਿਮਨੀ ਚੋਣ ਦੇ ਹਵਾਲੇ ਨਾਲ ਤਾਂ ਵੈਸੇ ਹੀ ਕਿ ਜਿਮਨੀ ਚੋਣ ਤਾਂ ਮੰਨਿਆ ਜਾਂਦਾ ਕਿ ਸੱਤਾਧਾਰੀ ਦੀ, ਇੱਕ ਤਜਰਬਾ ਇਹਨਾਂ ਨੂੰ ਹੋ ਚੁੱਕਿਆ ਹੈ ਕਿ ਜਿਮਨੀ ਚੋਣ ਹਾਰ ਲਈ ਕਿ ਜਿੱਤ ਲਈ। ਔਰ ਜਲੰਧਰ ਪੱਛਮੀ ਉਹ ਸੀਟ ਹੈ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਕੋਲ ਸੀ ਜੀ, ਇਹਨਾਂ ਦੇ MLA ਸੀ। ਸੋ MLA ਨੇ ਪਾਲਾ ਬਦਲਿਆ, ਭਾਜਪਾ ਚਲਾ ਗਿਆ ਤੇ ਉਹਦਾ ਅਸਤੀਫਾ ਸੀ, ਅਸਤੀਫੇ ਲੈ ਕੇ ਖੇਡ ਹੋਈ, ਉਹਨੂੰ ਨਤੀਜਿਆਂ ਤੋਂ ਪਹਿਲਾਂ ਅਹਿਸਾਸ ਹੋ ਗਿਆ ਕਿ ਭਾਜਪਾ ਨਹੀਂ ਜਿੱਤ ਰਹੀ, ਉਹਨੇ ਵਾਪਸ ਆਉਣਾ ਚਾਹਿਆ ਕਿ ਮੇਰੀ ਕੁਰਸੀ ਬਚੀ ਰਹੇ, ਪਰ ਇਹਨਾਂ ਨੇ ਜਿੱਦ ਚ ਬੇਸ਼ੱਕ ਚੰਗੇ ਰਹਿ ਜਾਂਦੇ ਜੇ ਮੈਂ ਕਹਿੰਦਾ ਰੱਖ ਲੈਂਦੇ, ਚਲੋ ਔਖੇ ਭਾਰੇ ਵੀ ਹਰਾਉਂਦੇ ਤੇ ਅਗਲਾ ਦੱਬ ਕੇ ਵੀ ਰਹਿੰਦਾ ਦੁਬਾਰਾ, ਹੈ ਨਾ, ਤੇ ਉਹਦੀ MLA ਬਚੀ ਜਾਂਦੀ, ਤੁਹਾਨੂੰ ਜਿਮਨੀ ਚੋਣ ਤੋਂ ਬਚਾਅ ਹੋ ਜਾਂਦਾ, ਪਰ ਨਹੀਂ ਇਹ ਕਹਿੰਦੇ ਨਾ ਸਾਨੂੰ ਉਹਦਾ ਅਸਤੀਫਾ ਪ੍ਰਵਾਨ ਹੈ, ਸੋ ਇਸ ਲਈ ਫਿਰ ਚੋਣ ਚ ਜਾਣਾ ਪੈਣਾ। ਜਲੰਧਰ ਪੱਛਮੀ ਵਿਜੇ ਜੀ ਉਹ ਸੀਟ ਹੈ ਜਿਹੜਾ ਸ਼ਸ਼ੀਲ ਰਿੰਕੂ ਦਾ ਵੀ ਟਿਕਾਣਾ ਉਹੀ ਹੈ, ਸ਼ਸ਼ੀਲ ਤੇ ਨੂੰ ਉਗਰਾਲ ਦਾ ਟਿਕਾਣਾ ਵੀ ਉਹੀ ਹੈ, ਇਸੇ ਵਿਧਾਨ ਸਭਾ ਹਲਕੇ ਚ ਦੋਵਾਂ ਦੇ ਘਰ ਆਉਂਦੇ ਆ।
ਤੇ ਇੱਥੋਂ ਇੱਥੋਂ ਹੀ ਸ਼ੀਤਲ ਉਂਗਰਾਲ ਉਹਦੀ ਸ਼ਸ਼ੀਲ ਰਿੰਕੂ ਨੂੰ ਹਰਾ ਕੇ ਮਤਲਬ MLA ਬਣੇ ਸੀ। ਜੀ ਪਰ ਫਿਰ ਸ਼ੀਤਲ ਉਂਗਰਾਲ ਨਾਲ ਜਾਰੀ ਪੈ ਗਈ ਤੇ ਇਕੱਠੇ ਭਾਜਪਾ ਚਲੇ ਗਏ ਤੇ ਸ਼ਸ਼ੀਲ ਰਿੰਕੂ ਟਿਕਟ ਲੈ ਆਏ ਆਮ ਆਦਮੀ ਪਾਰਟੀ ਨੂੰ ਛੱਡ ਕੇ। ਪਰ ਜਦੋਂ ਹੁਣ ਲੋਕ ਸਭਾ ਚੋਣਾਂ ਹੋਈਆਂ ਤਾਂ ਇਸ ਜਲੰਧਰ ਪੱਛਮੀ ਤੋਂ ਸ਼ੀਤਲ ਉਂਗਰਾਲ ਵਾਲੇ ਹਲਕੇ ਤੋਂ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਆ ਰਹੀ ਹੈ। ਜੀ ਹੁਣ ਤੁਸੀਂ ਕਹੋਗੇ ਵੀ ਰਿੰਕੂ ਉਧਰੋਂ ਚਲਾ ਗਿਆ ਤੇ ਸ਼ੀਤਲ ਉਂਗਰਾਲ ਵੀ ਚਲਾ ਗਿਆ, ਪਰ ਉਹਨਾਂ ਦੀ ਪਾਰਟੀ ਵੀ ਦੂਏ ਨੰਬਰ ਤੇ ਆਈ ਹੈ। ਸ਼ਸ਼ੀਲ ਰਿੰਕੂ ਵੀ ਇੱਥੋਂ ਆਪਣੇ ਘਰ ਤੋਂ ਲੀਡ ਨਹੀਂ ਲੈ ਸਕੇ, ਇੱਥੋਂ ਵੀ ਚਰਨਜੀਤ ਚੰਨੀ ਮੂਹਰੇ ਰਹੇ ਨੇ, ਮੇਰੇ ਕੋਲ ਪਿਆ ਇਹਨਾਂ ਦਾ ਰਿਕਾਰਡ ਜਾ। ਚਰਨਜੀਤ ਚੰਨੀ ਨੂੰ ਇੱਥੋਂ ਹਲਕੇ ਚੋਂ ਪਈਆਂ 44,394 ਵੋਟਾਂ, ਜੀ ਸ਼ਸ਼ੀਲ ਰਿੰਕੂ ਨੂੰ ਪਈਆਂ 42,827 ਵੋਟਾਂ। ਮਤਲਬ ਸ਼ੀਤਲ ਉਂਗਰਾਲ ਆਪਣੇ ਹਲਕੇ ਚੋਂ ਵੀ ਆਪਣੀ ਭਾਜਪਾ ਨੂੰ ਜਿਹਦੇ ਚ ਗਏ ਸੀ ਉਹਨੂੰ ਲੀਡ ਨਹੀਂ ਦਵਾ ਸਕੇ। ਜੀ ਪਰ ਇਹ ਸੀਟ ਜੇ ਆਮ ਆਦਮੀ ਪਾਰਟੀ ਨੇ ਜਿੱਤੀ ਹੋਈ ਸੀ ਤਾਂ ਆਮ ਆਦਮੀ ਪਾਰਟੀ ਦੀ ਹਾਲਤ ਕੀ ਸੀ? 15,629 ਵੋਟਾਂ, ਕਿਤੇ 42,000, ਕਿਤੇ 44,000 ਤੇ ਕਿਤੇ 15,629 ਵੋਟਾਂ। ਸੋ ਇਸ ਲਈ ਹੁਣ ਆਮ ਆਦਮੀ ਪਾਰਟੀ ਲਈ ਕਰਨੀ ਪਊਗਾ ਤਾਂ ਹੋਰ ਕੀ ਪਊਗਾ ਜੀ, ਕਿ ਇਹ 15,000 ਨੂੰ ਅਸੀਂ 50,000 ਚ ਕਿਵੇਂ ਬਦਲਣਾ? ਹੁਣ ਜਾਂ ਤਾਂ ਫਿਰ ਉਹ ਕੰਮ ਕਰਨਾ ਪੈਣਾ ਜਿਹੜਾ ਸ਼ਸ਼ੀਲ ਰਿੰਕੂ ਦੇ ਟਾਈਮ ਕੀਤਾ ਸੀ ਕਿ ਬੀਜ ਖਰੀਦਣ ਆਏ ਵਾਲੇ ਬੰਦੇ ਵੀ ਉੱਥੇ ਬਿਠਾਉਣੇ ਪਏ ਸੀ, ਜਾਂ ਤਾਂ ਫਿਰ ਇਹੋ ਜਿਹਾ ਕੁਛ ਕਰਨਾ ਪੈਣਾ, ਉੱਥੇ ਪੂਰਾ ਜ਼ੋਰ ਲਾਉਣਾ ਪੈਣਾ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਆਪਣਾ ਪਿਛਲੇ MLA ਵਾਲਾ ਰਿਕਾਰਡ ਕਾਇਮ ਰੱਖਣ 'ਚ ਕਾਮਯਾਬ ਰਹਿੰਦੀ ਆ ਜਾਂ ਆ ਲੋਕ ਸਭਾ ਵਾਲਾ ਇਤਿਹਾਸ ਦੁਹਰਾਉਂਦੀ ਆ। ਤੇ ਦੂਸਰੇ ਪਾਸੇ ਕਾਂਗਰਸ ਲਈ ਵੀ ਚੁਣੌਤੀ ਹੋਊਗੀ, ਤਾਜ਼ੇ ਤਾਜ਼ੇ ਇਸ ਸੀਟ ਤੋਂ ਚਰਨਜੀਤ ਚੰਨੀ ਜਿੱਤੇ ਨੇ, ਇਸ ਲਈ ਹੁਣ ਉਹਨਾਂ ਦੀ ਜ਼ਿੰਮੇਵਾਰੀ ਪੈ ਜਾਣੀ ਹੈ ਕਿ ਤੁਸੀਂ ਸੀਟ ਕਢਾਓ ਜੀ। ਤੇ ਅਕਾਲੀ ਦਲ ਤੇ ਭਾਜਪਾ ਵੀ ਆਪਣੀ ਥਾਂ ਲੱਭਣ ਦੀ ਕੋਸ਼ਿਸ਼ ਕਰੂਗਾ, ਉਹ ਕਹਿਣਗੇ 42,000 ਥੋੜਾ ਜਿਹਾ ਜ਼ੋਰ ਮਾਰੋ। ਸੋ ਜਲੰਧਰ ਪੱਛਮੀ ਸਾਰੀਆਂ ਪਾਰਟੀਆਂ ਦੀ ਪ੍ਰੀਖਿਆ ਦੀ ਘੜੀ ਆ, ਖਾਸ ਕਰ ਸੱਤਾਧਾਰੀ ਧਿਰ ਲਈ, ਕਿ ਇਹ ਤੋਂ ਬਾਅਦ ਨਗਰ ਨਿਗਮ ਵੀ ਹੈ, ਨਗਰ ਕੌਂਸਲ ਵੀ ਹੈ, ਪੰਚਾਇਤੀ ਚੋਣਾਂ ਵੀ ਹੈ, ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਵੀ ਹੈ, ਤੇ ਉਹ ਤੋਂ ਬਾਅਦ ਫਿਰ ਤਾਜ਼ੀਆਂ ਤੋਂ ਬਾਅਦ ਹੀ ਤੁਰੰਤ 4 ਜਿਮਨੀ ਚੋਣਾਂ ਹੋ ਗਈਆਂ, ਫਿਰ 227। ਸੋ ਇਹ ਸਾਰੀ ਘੜੀ ਉਹਦੇ ਨਾਲ ਜੁੜਨੀ ਹੈ। ਦੀਪਕ ਜੀ, ਪੰਜਾਬ ਦੇ ਵਿੱਚ ਅੱਜ ਤੋਂ ਝੋਨਾ ਕੁਝ ਇਲਾਕਿਆਂ ਦੇ ਵਿੱਚ, ਜੀਰੀ ਵੀ ਕਹਿੰਦੇ ਨੇ, ਜੀਰੀ ਬੀਜੀ ਜਾ ਰਹੀ ਹੈ, ਝੋਨਾ ਬੀਜਿਆ ਜਾ ਰਿਹਾ, ਅਤੇ ਹੁਣ ਬਿਜਲੀ ਦੀ ਮੰਗ ਵੀ ਵੱਧ ਜਾਣੀ ਹੈ ਜੀ, ਗਰਮੀ ਵੀ ਉੱਧਰੋਂ ਵੱਧ ਰਹੀ ਹੈ, ਸੋ ਭਰਪਾਈ ਹੋ ਸਕੇਗੀ ਉਸ ਬਿਜਲੀ ਦੀ ਮੰਗ ਦੀ, ਜਾਂ ਪੂਰਤੀ ਹੋਏਗੀ? ਦੇਖੋ ਬਿਲਕੁਲ ਜੀ, ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ, ਝੋਨੇ ਦਾ ਲਾਉਣਾ ਅਤੇ ਉਹਦੀ ਪਨੀਰੀ ਹੈ ਨਾ ਲਾਈ ਜਾਂਦੀ ਹੈ ਜਿਵੇਂ, ਸੋ ਉਹ ਜਦੋਂ ਸ਼ੁਰੂ ਹੁੰਦਾ ਤਾਂ ਇਹਦਾ ਮਤਲਬ ਉਹਨੂੰ ਪਾਣੀ ਦੀ ਬਹੁਤ ਲੋੜ ਪੈ ਜੀ, ਅਤੇ ਪਾਣੀ ਦੀ ਲੋੜ ਦੇ ਲਈ ਅੱਜ ਕੱਲ੍ਹ ਮੋਟਰਾਂ ਹੀ ਇੱਕ ਸਹਾਰਾ ਬਣ ਗਈਆਂ। ਹਾਂ, ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਕਿ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਵਰਤੋਂ 'ਚ ਲਿਆਂਦਾ ਜਾਵੇ, ਉਹਨਾਂ ਨੇ ਕੁਝ ਚੰਗੇ ਕੰਮ ਕੀਤੇ ਵੀ ਨੇ। ਸੋ ਪਰ ਫਿਰ ਵੀ ਜੇ ਮੋਟਰਾਂ ਦਾ ਪਾਣੀ ਲੱਗਣਾ ਤਾਂ ਮੋਟਰ ਚੱਲੂਗੀ, ਤੇ ਜੇ ਮੋਟਰ ਚੱਲੂਗੀ ਤਾਂ ਬਿਜਲੀ ਚੱਲੂਗੀ, ਬਿਜਲੀ ਚੱਲੂਗੀ ਤਾਂ ਫਿਰ ਵੱਧ ਖਪਤ ਵੀ ਆਊਗੀ। ਇੱਕ ਤਾਂ ਗਰਮੀ ਦਾ ਕਹਿਰ, ਉਹਦੇ ਕਾਰਨ ਬਿਜਲੀ ਦੀ ਖਪਤ ਵੱਧ ਰਹੀ ਹੈ, ਦੂਸਰੇ ਪਾਸੇ ਹੁਣ ਝੋਨੇ ਦਾ ਸੀਜਨ, ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਪੀਕ ਅਵਰ ਹੁੰਦਾ ਹੈ ਪੰਜਾਬ ਦੇ ਵਿੱਚ ਜੀ। ਸੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅਚੇਚੇ ਤੌਰ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਤੋਂ ਇਹ ਛੋਟੀ ਲਈ ਕਿ ਹੁਣ 8 ਘੰਟੇ ਹਰ ਰੋਜ਼ ਕਿਸਾਨ ਨੂੰ ਬਿਜਲੀ ਮਿਲਣੀ ਚਾਹੀਦੀ ਹੈ ਜੀ, ਤੇ ਦੂਸਰੇ ਪਾਸੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਪੂਰੀ ਮਤਲਬ ਝੋਨੇ ਦੀ ਸਿੰਚਾਈ ਹੈ ਜਿਹੜੀ ਉਹ ਨਹਿਰੀ ਪਾਣੀ ਨਾਲ ਹੋਣੀ ਚਾਹੀਦੀ ਹੈ। ਸੋ ਉਸ ਕੋਸ਼ਿਸ਼ ਦੇ ਵਿੱਚ ਉਹਨਾਂ ਦੀ ਪਹਿਲਕਦਮੀ, ਚਾਹੇ ਸ੍ਰੀ ਮੁਕਤਸਰ ਸਾਹਿਬ ਹੋਵੇ, ਚਾਹੇ ਫਿਰੋਜ਼ਪੁਰ ਫਰੀਦਕੋਟ ਹੋਵੇ, ਚਾਹੇ ਫਾਜ਼ਿਲਕਾ ਤੇ ਮਾਨਸਾ ਜਾਂ ਬਠਿੰਡਾ ਹੋਵੇ, ਉਹ ਕਹਿੰਦੇ ਕਿ ਅਸੀਂ ਨਹਿਰੀ ਵਿਭਾਗ ਕਹਿੰਦਾ ਕਿ ਸਾਡੇ ਵੱਲੋਂ ਤਿਆਰੀ ਹੈ ਜੀ, ਅਸੀਂ ਸਫਾਈਆਂ ਕਰਨੀਆਂ, ਖਾਲਾ ਖੁਲਾ ਸਾਫ਼ ਹੋ ਗਈਆਂ, ਸਾਰਾ ਕੁਛ ਇਹਨਾਂ ਮੋਗਿਆਂ ਦੇ ਰਾਹੀਂ ਅਸੀਂ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰ ਲਿਆ, ਜ਼ਿਆਦਾਤਰ ਅਸੀਂ ਕੋਸ਼ਿਸ਼ ਕਰ ਰਹੇ। ਜੇ ਇਹ ਕੰਮ ਨੰਗਲ ਡੈਮ ਤੋਂ ਨਿਕਲਦੀ ਨਹਿਰ ਤੋਂ ਲੈ ਕੇ ਪੂਰੇ ਪੰਜਾਬ 'ਚ ਜਿੱਥੇ ਤੱਕ ਨਹਿਰਾਂ ਦਾ ਜਾਲ ਹੈ ਉੱਥੇ ਤੱਕ, ਮਤਲਬ ਹੋਰ ਫਾਜ਼ਿਲਕਾ ਦੇ ਆਖਰੀ ਪਿੰਡ ਤੱਕ ਇਹ ਵਰਤਾਰਾ ਹੋ ਜਾਵੇ ਕਿ ਹਾਂ ਸਹੀ ਰੂਪ ਦੇ ਵਿੱਚ ਸੱਜੇ ਖੱਬੇ ਆਉਣ ਵਾਲੇ ਪਿੰਡਾਂ ਨੂੰ, ਨਹਿਰਾਂ ਦੇ ਆਲੇ ਦੁਆਲੇ ਆਉਣ ਵਾਲੇ ਖੇਤਾਂ ਨੂੰ ਪਾਣੀ ਨਹਿਰੀ ਲੱਗਣ ਲੱਗ ਜਾਵੇ ਤਾਂ ਦੋਹਰਾ ਫਾਇਦਾ ਹੈ, ਤਾਂ ਬਿਜਲੀ ਦੀ ਖਪਤ ਘੱਟ ਹੋਣੀ ਹੈ,
ਦੂਸਰਾ ਧਰਤੀ ਹੇਠਲਾ ਪਾਣੀ ਦਾ ਥੋੜ੍ਹਾ ਲੈਵਲ ਉੱਪਰ ਜਾਣਾ। ਸੋ ਇਹਦੇ ਲਈ ਕੋਸ਼ਿਸ਼ ਹੋਣੀ ਚਾਹੀਦੀ ਹੈ। ਫਿਲਹਾਲ ਅੱਜ ਜਿਹੜੀ ਮਤਲਬ ਕਿ ਸ਼ੁਰੂ ਹੋਈ ਹੈ ਜੀ 11 ਤਰੀਕ ਹੈ, 11 ਜੂਨ ਹੈ, 6 ਜ਼ਿਲ੍ਹਿਆਂ ਦੇ ਵਿੱਚ, ਇਹਨਾਂ ਹੀ 6 ਜ਼ਿਲ੍ਹਿਆਂ ਦੇ ਵਿੱਚ, ਜਿਵੇਂ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਬਠਿੰਡਾ, ਫਾਜ਼ਿਲਕਾ ਅਤੇ ਫਿਰੋਜ਼ਪੁਰ, ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ, ਅਤੇ ਪਲੱਸ ਜਿਹੜਾ ਸਰਹੱਦੀ ਖੇਤਰ ਦੇ ਵਿੱਚ ਕੰਡਿਆਲੀ ਤਾਰ ਦੇ ਪਰਲੇ ਪਾਸੇ ਖੇਤਰ ਨੇ ਜੀ, ਉਹਨਾਂ ਦੇ ਵਿੱਚ ਉੱਥੇ ਉੱਥੇ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ ਹੋ ਗਈ ਆ। ਜਦੋਂ ਕਿ ਬਾਕੀ ਜਿਹੜਾ ਪੰਜਾਬ ਬਚਿਆ ਉਹਦੇ ਵਿੱਚ 15 ਜੂਨ ਮਤਲਬ ਤਰੀਕ ਤੈਅ ਹੋਈ ਆ ਕਿ ਉੱਥੇ 15 ਜੂਨ ਨੂੰ ਬਾਕੀ ਪੰਜਾਬ 'ਚ ਲੱਗਣਾ ਚਾਹੁੰਦਾ। ਸੋ ਜੇਕਰ ਬਿਜਲੀ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਬਿਜਲੀ ਜੀ ਅੱਜ ਦੀ ਤਰੀਕ 'ਚ ਜਦੋਂ ਮੈਂ ਗੱਲ ਕਰ ਰਿਹਾ ਕਿ ਅਜੇ ਝੋਨੇ ਦੀ ਲਵਾਈ ਸ਼ੁਰੂ ਹੋਈ ਆ, 13,000 ਮੈਗਾਵਾਟ ਦੀ ਡਿਮਾਂਡ ਹੈ ਸਾਡੀ। ਔਰ ਬਿਜਲੀ ਮਾਹਰ ਜਾਂ ਇਸ ਨੂੰ ਨੁਕਤੇ ਨੂੰ ਸਮਝਣ ਵਾਲਿਆਂ ਦਾ ਮੈਂ ਅੱਜ ਗੱਲ ਕਰ ਰਿਹਾ ਸੀਗਾ, ਉਹ ਕਹਿੰਦੇ ਜੀ ਇਹ ਮੰਗ 15,500 ਤੋਂ ਲੈ ਕੇ 16,000 ਮੈਗਾਵਾਟ ਤੱਕ ਜਾਣੀ ਹੈ। ਅੱਜ ਜਦੋਂ 13,011 ਮੈਗਾਵਾਟ ਡਿਮਾਂਡ ਹੈ, ਉਹਦੇ ਵਿੱਚ ਅਸੀਂ 7,723 ਮੈਗਾਵਾਟ ਸੈਂਟਰਲ ਪੂਲ ਤੋਂ ਬਿਜਲੀ ਲੈ ਰਹੇ ਹਾਂ, ਕੇਂਦਰੀ ਪੂਲ ਤੋਂ ਬਿਜਲੀ ਲੈ ਰਹੇ ਹਾਂ। ਮਤਲਬ ਸਾਡੇ ਬਾਕੀ ਆਪਣੇ ਸਰਕਾਰੀ ਥਰਮਲ ਪਲਾਂਟ, ਪ੍ਰਾਈਵੇਟ ਥਰਮਲ ਪਲਾਂਟ ਜਾਂ ਹਾਈਡਰੋ ਪ੍ਰੋਜੈਕਟ ਜਿਹੜੇ ਹੈਗੇ ਜਾਂ ਹੋਰ ਸਾਧਨ ਸਰਗੋ ਜਿਹੜੇ ਹੈਗੇ, ਉਹਨਾਂ ਸਾਰਿਆਂ ਨੂੰ ਮਿਲਾ ਕੇ ਅਸੀਂ 7,723 ਮੈਗਾਵਾਟ ਕੇਂਦਰੀ ਪੂਲ ਚੋਂ ਲੈ ਕੇ ਵੀ ਅਸੀਂ 13,011 ਮੈਗਾਵਾਟ ਦੀ ਡਿਮਾਂਡ ਪੂਰੀ ਨਹੀਂ ਕਰ ਪਾ ਰਹੇ। 500-600 ਮੈਗਾਵਾਟ ਦੀ ਕਮੀ ਰਹਿ ਜਾਂਦੀ ਹੈ ਜਿਹਦੇ ਕਾਰਨ ਘੱਟ ਲਾਉਣੇ ਪੈ ਰਹੇ। ਤੇ ਜੇ ਇਹ ਡਿਮਾਂਡ ਸਾਡੀ 15,500 ਤੋਂ ਲੈ ਕੇ 16,000 ਮੈਗਾਵਾਟ ਤੱਕ ਜਾਣੀ ਆ, ਜਿਹੜੀ ਨਿਸ਼ਚਿਤ ਹੈ 15,000 ਤੋਂ ਪਾਰ ਜਾਣੀ ਹੋ ਜਾਣੀ ਹੈ, ਤੇ ਅੰਦਾਜ਼ਾ ਕਿ 15,500 ਤੋਂ ਲੈ ਕੇ 16,000 ਮੈਗਾਵਾਟ ਰਹੂਗੀ, ਫਿਰ ਉਹਦੀ ਪੂਰਤੀ ਕਿੱਥੋਂ? ਕੀ ਪੰਜਾਬ ਦੇ ਘਰਾਂ ਦੇ ਵਿੱਚ ਬਿਜਲੀ ਠੱਪ ਹੋਊਗੀ, ਮੋਟਰਾਂ ਨੂੰ 8 ਘੰਟੇ ਦਊਗੇ, ਜਾਂ ਕੀ ਸ਼ਹਿਰਾਂ 'ਚ ਬਿਜਲੀ ਦੇ ਕੱਟ ਇੰਨੇ ਵੱਡੇ ਲੱਗਣਗੇ, ਜਾਂ ਤੁਸੀਂ ਬਾਹਰੋਂ ਮੁੱਲ ਖਰੀਦੋਗੇ, ਪੰਜਾਬ 'ਤੇ ਆਰਥਿਕ ਬੋਝ ਪਊਗਾ। ਸੋ ਇਸ ਲਈ ਇਹ ਦਾਅਵੇ ਇੰਟਰਵਿਊਆਂ ਦੇ ਵਿੱਚ ਮੋਬਾਈਲ ਤੋਂ ਲਾਈਵ ਫੋਨ ਬੁਲਾ ਕੇ ਕਿਹਾ, ਲੋ ਮੈਂ ਤੁਹਾਨੂੰ ਦੱਸ ਦਿੰਦਾ ਜੀ, ਹਾਂਜੀ ਆਪਾਂ ਬਿਜਲੀ ਵੇਚ ਰਹੇ ਹਾਂ ਜੀ, ਸਰਪਲਸ ਹੈ ਜੀ, ਕਿੰਨੀ ਦੇ ਰਹੇ ਹਾਂ ਜੀ, ਇਹ ਅੰਕੜੇ ਦੱਸਣ ਦੀ ਬਜਾਏ ਆਪਾਂ ਉਦਣ ਵੀ ਗੱਲ ਕੀਤੀ ਸੀ ਕਿ ਪੰਜਾਬ ਨੂੰ ਤਾਂ ਭਾਈ ਮੁੱਲ ਖਰੀਦਣੀ ਪੈ ਰਹੀ ਆ, ਉਹਦੀ ਤਸਵੀਰ ਅੱਜ ਸਾਡੇ ਸਾਹਮਣੇ। ਸੋ ਬੇਸ਼ੱਕ ਨਹਿਰੀ ਪਾਣੀ ਇੱਕ ਦਾ ਹੱਲ ਹੈਗਾ, ਜੋ ਉਹਦੇ ਲਈ ਕੋਸ਼ਿਸ਼ਾਂ ਵੀ ਜਾਰੀ ਨੇ ਮੁੱਖ ਮੰਤਰੀ ਸਾਹਿਬ ਦੀਆਂ, ਪਰ ਫਿਰ ਵੀ ਪੰਜਾਬ ਦੇ ਮੂਹਰੇ ਬਿਜਲੀ ਕੱਟਾਂ ਨੂੰ ਲੈ ਕੇ ਤੇ ਬਿਜਲੀ ਡਿਮਾਂਡ ਨੂੰ ਲੈ ਕੇ ਵੱਡੀ ਚੁਣੌਤੀ ਬਣ ਗਈ। ਦੀਪਕ ਜੀ, ਆਉਂਦੇ ਦਿਨਾਂ ਦੇ ਵਿੱਚ ਜਿਹੜਾ 8 ਦਿਨਾਂ ਦਾ ਕਹਿੰਦੇ ਇੱਕ ਸੈਸ਼ਨ ਹੋਣਾ, ਉਸ ਦੌਰਾਨ ਨਵੇਂ ਸਪੀਕਰ ਦੀ ਚੋਣ ਕੀਤੀ ਜਾਣੀ ਆ, 24 ਜਾਂ 26 ਤਰੀਕ ਦੀ ਮੈਂ ਗੱਲ ਪੜ੍ਹਦਾ ਸੀ ਇੱਕ, ਪਰ ਚੁਣਿਆ ਕਿਹਨੂੰ ਜਾਣਾ ਹੈ ਅਤੇ ਉੱਥੇ ਕਿਸ ਤਰ੍ਹਾਂ ਦਾ ਪੈਂਤੜਾ ਵਰਤਿਆ ਜਾ ਰਿਹਾ, ਇਹ ਸਾਰੇ ਇਸ ਬਾਰੇ ਜਾਣਕਾਰੀ ਦਿਓ ਜੀ, ਸਪੀਕਰ ਕਿਹਨੂੰ ਬਣਾਇਆ ਜਾ ਸਕਦਾ? ਬਿਲਕੁਲ ਜੀ, ਅੰਦਾਜ਼ੇ ਨੇ ਹਲੇ ਜਾਂ ਜਿਹੜੀਆਂ ਸੰਭਾਵਨਾਵਾਂ ਨੇ ਕਿ 18 ਜੂਨ ਤੋਂ ਬਾਅਦ ਕਿਸੇ ਵੀ ਦਿਨ ਸੈਸ਼ਨ ਬੁਲਾਇਆ ਜਾ ਸਕਦਾ। ਸੋ ਉਸ ਦੌਰਾਨ ਫਿਰ ਸਾਰੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣ ਦੀ ਪ੍ਰਕਿਰਿਆ ਅਤੇ ਆ ਸਾਰੀ ਪ੍ਰਕਿਰਿਆ ਨਿਬੜ ਸਕਦੀ ਹੈ ਕਿ ਕਿਹਨੂੰ ਮੁਖੀ ਲਾਉਣਾ ਹੈ ਸਭਾ ਦਾ, ਲੋਕ ਸਭਾ ਦੇ ਵਿੱਚ। ਸੋ ਉਹ ਸਾਰੀ ਪ੍ਰਕਿਰਿਆ ਦੇ ਦੌਰਾਨ ਸਾਰਿਆਂ ਦੇ ਜਹਿਨ 'ਚ ਇੱਕ ਵਾਰ ਫਿਰ ਨਾਮ ਓਮ ਬਿਰਲਾ ਹੋਰਾਂ ਦਾ ਇਸ ਲਈ ਤੁਰਦਾ ਕਿ ਉਹਨਾਂ ਨੂੰ ਕੈਬਨਿਟ 'ਚ ਨਹੀਂ ਲਿਆ। ਪਹਿਲਾਂ ਸੀਗਾ ਕਿ ਇਸ ਵਾਰ ਉਹਨਾਂ ਨੂੰ ਕੈਬਨਿਟ 'ਚ ਲਿਆ ਜਾਊਗਾ, ਕੋਈ ਨਵਾਂ ਸਪੀਕਰ ਮਿਲੂਗਾ, ਪਰ ਓਮ ਬਿਰਲਾ ਹੋਰੀ ਜਦੋਂ ਕੈਬਨਿਟ 'ਚ ਨਹੀਂ ਆਏ ਤਾਂ ਚਰਚਾ ਹੀ ਕਿ ਦੁਬਾਰਾ ਉਹੀ ਬਣਨਗੇ, ਨਰਿੰਦਰ ਮੋਦੀ ਹੋਰਾਂ ਦੇ, ਅਮਿਤ ਸ਼ਾਹ ਹੋਰਾਂ ਦੇ ਭਰੋਸੇਯੋਗ ਨੇ, ਨੇੜਲੇ ਨੇ, ਹੈ ਨਾ, ਇਹ ਸਾਰੀ ਪ੍ਰਕਿਰਿਆ। ਪਰ ਇੱਧਰ JDU ਔਰ TDP ਨੇ ਆਪਣੀ ਹੁਣ ਸਪੀਕਰ ਦੇ ਲਈ ਮੁਹਿੰਮ ਤੇਜ਼ ਕਰਤੀ, ਕਿਉਂਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਪਸੰਦੀਦਾ ਵਿਭਾਗ ਤਾਂ ਨਹੀਂ ਮਿਲੇ ਜਿਹਨਾਂ 'ਤੇ ਉਹਨਾਂ ਦੀ ਹੱਕ ਸੀ, ਜੋ ਨਹੀਂ ਮਿਲੇ ਤਾਂ ਉਹ ਕਹਿੰਦੇ ਜੇ ਹੁਣ ਸਪੀਕਰ ਵਾਲਾ ਉਹਦਾ ਸਾਥ ਦੇ ਦਿਓ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ, ਉਹਨੂੰ ਲੱਗਦਾ ਕਿ ਟੁੱਟ ਭੱਜ ਹੋ ਜਾਵੇ ਤਾਂ ਸਪੀਕਰ ਸਾਨੂੰ ਸੰਭਾਲ ਸਕਦਾ ਹੈ, ਜਾਂ ਫਿਰ ਮਤਲਬ ਕਿ ਵੱਧ ਘੱਟ ਸਮੇਂ ਦੇ ਹਵਾਲੇ ਨਾਲ, ਸੋ ਸਪੀਕਰ ਤਾਂ ਆਪਣਾ ਹੋਵੇ। ਇਹ ਸਾਰੀਆਂ ਕੋਸ਼ਿਸ਼ਾਂ 'ਚ TDP ਬਹੁਤ ਜ਼ੋਰ ਮਾਰ ਰਿਹਾ ਸੀ ਤੇ TDP ਨੂੰ ਹੁਲਾਰਾ ਉਸ ਵੇਲੇ ਮਿਲ ਗਿਆ ਜਦੋਂ ਇੰਡੀਆ ਗਠਜੋੜ ਵਾਲਿਆਂ ਨੇ ਕਹਿਤਾ ਕਿ ਜੇ TDP ਆਪਣਾ ਉਮੀਦਵਾਰ ਤਾਰੂਗੀ ਸਪੀਕਰ ਦੇ ਲਈ ਤਾਂ ਸਾਡਾ ਸਮਰਥਨ ਹੈ ਜੀ।
ਕਿ ਅਸੀਂ ਉਹਨੂੰ ਬਣਾਉਣ ਦੇ ਲਈ ਹਾਮੀ ਭਰਦੇ ਹਾਂ। ਜੀ ਹੁਣ ਇੱਥੇ ਭਾਜਪਾ ਲਈ ਫਿਕਰ ਵਧਿਆ। ਹੁਣ ਭਾਜਪਾ ਨੇ ਇੱਕ ਨਵੀਂ ਚਾਲ ਕੱਢੀ ਕਿ ਆਪਾਂ ਪ੍ਰਦੇਸ਼ਵਰੀ ਜਿਹੜੇ ਹੈਗੇ ਨੇ ਆਂਧਰਾ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨ ਹੈ ਬੀਬੀ, ਹੈ ਉਸ ਪ੍ਰਦੇਸ਼ਵਰੀ ਨੂੰ ਕਹਿੰਦੇ ਜੀ ਕਿ ਆਪਾਂ ਬਣਾ ਦਿੰਦੇ ਹਾਂ ਸਪੀਕਰ। ਹੁਣ ਇਹ ਨਾਮ ਕਿੱਥੋਂ ਆਇਆ? ਜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆਂਧਰਾ ਪ੍ਰਦੇਸ਼ ਤੋਂ ਪ੍ਰਧਾਨ ਹੈ ਬੀਬੀ ਪ੍ਰਦੇਸ਼ਵਰੀ, ਇਹ TDP ਦੇ ਮੁਖੀ ਚੰਦਰ ਬਾਬੂ ਨਾਇਡੂ ਦੀ ਸਾਲੀ ਹੈ। ਜੀ ਉਹਨਾਂ ਦੀ ਧਰਮ ਪਤਨੀ ਦੀ ਰਸਤੇ ਚ ਭੈਣ ਲੱਗਦੀ ਹੈ। ਹੁਣ ਇੱਥੇ ਕੀ ਹੈ? ਹੁਣ ਅਗਲੇ ਕਹਿਣਗੇ ਠੀਕ ਹੈ ਕਿ ਆਹਮੋ ਸਾਹਮਣੇ ਆ, ਫਿਰ ਕੀ ਹੋ ਗਿਆ? ਫਿਰ TDP ਵਿਰੋਧ ਵੀ ਕਰ ਸਕਦੀ ਹੈ, ਪਰ ਭਾਜਪਾ ਅਜਿਹੀ ਚਾਲ ਚੱਲ ਰਹੀ ਹੈ ਕਿ ਵਿਰੋਧ ਕਰਨ ਵਾਲੀ ਸਥਿਤੀ ਦੇ ਵਿੱਚ ਚੰਦਰ ਬਾਬੂ ਨਾਇਡੂ ਇਹਨਾਂ ਦੀ ਪਾਰਟੀ ਸ਼ਾਇਦ ਨਾ ਆ ਪਵੇ। ਉਹਦਾ ਕਾਰਨ, ਚੰਦਰ ਬਾਬੂ ਨਾਇਡੂ ਹੋਰਾਂ ਨੇ ਕਿਸੇ ਸਮੇਂ ਆਪਣੇ ਸਹੁਰੇ ਦਾ ਹੀ ਤਖ਼ਤਾ ਪਲਟਿਆ ਸੀਗਾ, ਜਿਹਨੂੰ ਲੈ ਕੇ ਉਹਨਾਂ ਦੀ ਖਾਸੀ ਬਦਨਾਮੀ ਹੋ ਰਹੀ ਸੀ। ਐਂਟੀ ਰਾਮਾ ਰਾਓ, ਮਤਲਬ ਜਦੋਂ ਸੱਤਾ ਹੈ ਨਾ ਸਾਰਾ ਕੁਛ ਆਪਣੇ ਕੰਟਰੋਲ ਚ ਲਿਆ ਜਦੋਂ TDP ਤੇ, ਤਦ ਉਸ ਸਮੇਂ ਚੰਦਰ ਬਾਬੂ ਨਾਇਡੂ ਦਾ ਸਮਰਥਨ ਕੀਤਾ ਸੀ ਐਂਟੀ ਰਾਮਾ ਰਾਓ ਦੀ ਧੀ ਇਸੇ ਪ੍ਰਦੇਸ਼ਵਰੀ ਨੇ। ਸੋ ਹੁਣ ਇਸ ਲਈ ਫਿਰ ਉਹਦੀ ਮੁਖਾਲਫਤ ਕਰਨਾ ਚੰਦਰ ਬਾਬੂ ਨਾਇਡੂ ਲਈ ਔਖਾ ਹੋ ਜਾਊਗਾ। ਜੀ ਪਰ ਭਾਜਪਾ ਦਾ ਦਾਅ ਕੀ ਸਿਰਫ ਇੱਥੇ ਤੱਕ ਹੈ ਕਿ ਆਪਾਂ ਆਪਣਾ ਸਪੀਕਰ ਵੀ ਬਣਾ ਲਈਏ ਤੇ ਲੋੜ ਵੀ ਨਾ ਪਵੇ? ਨਹੀਂ, ਆਪਾਂ ਲਗਾਤਾਰ ਇੱਕ ਗੱਲ ਵਿਚਾਰ ਕਰਦੇ ਰਹੇ ਹਾਂ ਜਾਂ ਇਤਿਹਾਸ ਵੀ ਪੁਰਾਣਾ ਗਵਾਹੀ ਭਰਦਾ ਕਿ ਭਾਜਪਾ ਬਾਰੇ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਕਿ ਜਿਹੜੇ ਦਲਾਂ ਦਾ ਸਮਰਥਨ ਲੈਂਦੀ ਬਾਅਦ ਚ ਉਹਨਾਂ ਨੂੰ ਵਿਖਾ ਲੈਂਦੀ ਹੈ। ਸ਼ਿਵ ਸੈਨਾ ਦੀ ਬਹੁਤ ਵੱਡੀ ਉਦਾਹਰਨ ਹੈ, ਜੀ ਅਕਾਲੀ ਦਲ ਦੀ ਉਦਾਹਰਨ ਹੈਗੀ ਹੈ, ਜਜਪਾ ਹਰਿਆਣੇ ਦੇ ਵਿੱਚ ਇਹਦੀ ਉਦਾਹਰਨ ਹੈਗੀ ਹੈ। ਸੋ ਉਸੇ ਉਦਾਹਰਨ ਦੇ ਵਿੱਚ ਹੁਣ ਆਹ ਸ਼ੰਕੇ ਸ਼ੋਭੇ ਖੜੇ ਹੋ ਗਏ TDP ਨੂੰ ਲੈ ਕੇ। ਜੀ TDP ਦਾ ਆਂਧਰਾ ਪ੍ਰਦੇਸ਼ ਵਿੱਚ ਜਿਹੜਾ ਮਤਲਬ ਪੱਕਾ ਵੋਟ ਬੈਂਕ ਹੈ ਉਹ ਹੈ ਕਮਾ ਭਾਈਚਾਰਾ। ਜੀ ਉਸੇ ਭਾਈਚਾਰੇ ਚੋਂ ਚੰਦਰ ਬਾਬੂ ਨਾਇਡੂ ਆਉਂਦੇ ਨੇ, ਉਸੇ ਭਾਈਚਾਰੇ ਚੋਂ ਪ੍ਰਦੇਸ਼ਵਰੀ ਆਉਂਦੀ ਹੈ। ਹੁਣ ਪ੍ਰਦੇਸ਼ਵਰੀ ਨੂੰ ਬਣਾ ਕੇ ਕੱਲਾ ਚੰਦਰ ਬਾਬੂ ਨਾਇਡੂ ਨੂੰ ਸੈੱਟ ਨਹੀਂ ਕਰ ਰਹੀ ਭਾਜਪਾ, ਜੀ ਉਸ ਕੰਮਾਂ ਭਾਈਚਾਰੇ ਦੇ ਵੋਟ ਬੈਂਕ ਤੇ ਵੀ ਹੱਥ ਪਾ ਰਹੀ ਹੈ ਜਿਹੜਾ TDP ਦਾ। ਜੀ ਮਤਲਬ ਉਹਨੂੰ ਕਮਜ਼ੋਰ ਕਰਨ ਦੀ ਨਾਲ ਰੱਖ ਕੇ ਕਮਜ਼ੋਰ ਕਰਨ ਦੀ ਕਵਾਇਤ ਸ਼ੁਰੂ ਹੋ ਗਈ। ਸੋ ਇਸ ਲਈ ਅਜਿਹੀਆਂ ਚਾਲਾਂ ਚੱਲਣ ਚ ਭਾਜਪਾ ਮਾਰ ਹੈ ਤੇ ਕਹਿੰਦੇ 2 ਦਿਨ ਹੋ ਗਏ ਚੰਦਰ ਬਾਬੂ ਨਾਇਡੂ ਦੀ ਨੀਂਦ ਉੱਡੀ ਹੈ, ਕਿਆ ਨਵੀਂ ਚਾਲ ਕੀ ਹੈ? ਵਿਰੋਧੀ ਜਾਂ ਤਾਂ ਉਹ ਇਹ ਕਹਿਣਗੇ ਕਿ ਉਹਨੂੰ ਨਾ ਬਣਾਓ ਜੀ, ਹੋਰ ਜਿਹਨੂੰ ਮਰਜ਼ੀ ਬਣਾ ਲਓ, ਜੀ ਹੈ ਨਾ, ਜਾਂ ਫਿਰ ਉਹ ਅੜਨਗੇ ਕਿ ਮੇਰੀ ਕਿਸੇ ਉਮੀਦਵਾਰ ਨੂੰ ਬਣਾਓ, ਮੈਨੂੰ ਲੈ ਇੰਡੀਆ ਗੱਠਜੋੜ ਸਮਰਥਨ ਦੇ। ਸੋ ਇਸ ਲਈ ਕਦੇ ਵੀ ਖਲਾਰਾ, ਅਜੇ ਆਪਾਂ ਕੱਲੇ ਗੱਲ ਕਰਕੇ ਹਟੇ ਹਾਂ ਕਿ ਅਜੀਤ ਪਵਾਰ ਵਾਲਾ ਧੜਾ ਤੇ ਸ਼ਿਵ ਸੈਨਾ ਜਿਹੜੇ ਟੁੱਟੇ ਧੜੇ ਇੱਧਰ ਨਾਲੇ ਉਹਨਾਂ ਚ ਨਾਰਾਜ਼ਗੀ ਆ, 3 ਦਲ ਉਹ ਜਿਹਨਾਂ ਦੇ ਲਏ ਉਹ ਨੀ ਉਹ ਨਾਰਾਜ਼ ਨੇ। ਸੋ ਆ ਚੌਥਾ ਹੁਣ ਸਪੀਕਰ ਨੂੰ ਲੈ ਕੇ ਸੁਰਸਾ ਕੁਸੀ ਹੋਊਗੀ ਜੀ, ਅਜੇ ਦੇਖਦੇ ਹਾਂ ਕੀ ਬਣਦਾ। ਜੀ